ਅਤੇ ਮੈਂ ਯਾਤਰਾ ਕਰਕੇ ਆਇਆ ਗੁਰੂ ਗੋਬਿੰਦ ਸਿੰਘ ਮਾਰਗ, ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸਾਹਿਬ ਤੋਂ ਸ਼ੁਰੂ ਹੁੰਦਾ ਕੇਸਗੜ੍ਹ ਸਾਹਿਬ ਤੋਂ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਇਹ ਗੁਰੂ ਗੋਬਿੰਦ ਸਿੰਘ ਮਾਰਗ ਹੈ। ਅਤੇ ਮੈਂ 9 ਦਿਨਾਂ 'ਚ ਅੱਜ ਹੀ ਜਿਵੇਂ ਸੰਪੂਰਨ ਮੈਂ ਜਿਹੜਾ ਯਾਤਰਾ ਕੀਤੀ ਹੈ ਦਮਦਮਾ ਸਾਹਿਬ ਆ ਕੇ, ਅਤੇ ਆਪਾਂ ਦਮਦਮਾ ਸਾਹਿਬ ਅਤੇ ਬਠਿੰਡੇ ਵਿਚਾਲੇ ਹੀ ਖੜ੍ਹੇ ਹਾਂ, ਤਾਂ ਇਹ 9 ਦਿਨਾਂ 'ਚ ਹੋਈ ਹੈ 90 ਸਥਾਨ ਜਿਹੜੇ ਆਏ ਸੀਗੇ। ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹੈ, ਮੁਗਲ ਅਤੇ ਜਿਹੜੇ ਦੂਸਰੇ ਪਹਾੜੀ ਰਾਜੇ ਝੂਠੀਆਂ ਸਹੁੰਆਂ ਖਾ ਜਾਂਦੇ ਹੈ, ਤਾਂ ਗੁਰੂ ਸਾਹਿਬ ਜੋ ਕਿਲਾ ਛੱਡਦੇ ਉਹ ਵੱਖ ਵੱਖ ਸਥਾਨਾਂ 'ਤੇ ਹੁੰਦੇ ਆਉਂਦੇ ਹੋਏ ਸਾਡਾ ਦਮਦਮਾ ਸਾਹਿਬ ਪਹੁੰਚਦੇ। ਵੀ ਜਿਵੇਂ ਇਤਿਹਾਸ ਤੋਂ ਬੰਦਾ ਬਹੁਤ ਕੁਛ ਸਿੱਖਦਾ ਹੈ, ਇਤਿਹਾਸ ਨਾਲ ਬੰਦੇ ਦੀ ਜਿਹੜੀ ਦ੍ਰਿੜਤਾ ਆਉਂਦੀ ਹੈ, ਉਹਦਾ ਵਿਸ਼ਵਾਸ ਵੱਧਦਾ ਹੈ, ਤਾਂ ਉਹ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸੁਣਦੇ ਹਾਂ, ਫਿਰ ਜਿਵੇਂ ਆਪਾਂ ਨੂੰ ਆਪਾਂ ਸੁਣਦੇ ਹਾਂ ਵੀ ਗੁਰੂ ਸਾਹਿਬਾਨ ਵੇਲੇ ਆਹ ਕਠਿਨਾਈਆਂ ਆਈਆਂ, ਤਾਂ ਬੰਦਾ ਸੋਚਦਾ ਵੀ ਆਪਣੇ ਅੱਗੇ ਤਾਂ ਕੁਛ ਵੀ ਸਮੱਸਿਆਵਾਂ ਜਾਂ ਪ੍ਰੋਬਲਮ ਨਹੀਂ ਹੈਗੀਆਂ, ਤਾਂ ਇਤਿਹਾਸ ਤੋਂ ਬੰਦਾ ਦ੍ਰਿੜ ਹੁੰਦਾ ਹੈ। ਗੁਰਬਾਣੀ ਅਤੇ ਇਤਿਹਾਸ ਬਹੁਤ ਜ਼ਰੂਰੀ ਹੈ ਦੋਨਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਮ ਇੰਡੀਆ ਨਿਊਜ਼, ਮੈਂ ਗੋਬਿੰਦ ਸੈਣੀ। ਅੱਜ ਅਸੀਂ ਤੁਹਾਨੂੰ ਇੱਕ ਸਿੱਖ ਨੌਜਵਾਨ ਮਿਲਾਵਾਂਗੇ ਜਿਹੜੇ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਆਇਆ, ਮੋਟਰਸਾਈਕਲ 'ਤੇ ਕਰਕੇ ਹੈਗਾ, ਅਤੇ ਸਾਡੇ ਕੋਲ ਸਿੱਖ ਨੌਜਵਾਨ ਹੈਗਾ ਮੌਜੂਦ ਨੇ, ਗੱਲਬਾਤ ਵੀ ਕਰਦੇ ਹੈਗੇ ਹਾਂ। ਹਾਂਜੀ, ਸਾਰਾ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਜੀ, ਤੁਸੀਂ ਧਾਰਮਿਕ ਯਾਤਰਾ ਕੀਤੀ ਹੈ ਮੋਟਰਸਾਈਕਲ 'ਤੇ, ਕਾਹਦੀ ਤੁਸੀਂ ਯਾਤਰਾ ਕਰਕੇ ਆਏ ਹੋ ਅਤੇ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ? ਮੇਰਾ ਨਾਮ ਸੁਰਿੰਦਰਪਾਲ ਸਿੰਘ ਹੈ, ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ, ਅਤੇ ਮੈਂ ਯਾਤਰਾ ਕਰਕੇ ਆਇਆ ਗੁਰੂ ਗੋਬਿੰਦ ਸਿੰਘ ਮਾਰਗ, ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸਾਹਿਬ ਤੋਂ ਸ਼ੁਰੂ ਹੁੰਦਾ ਕੇਸਗੜ੍ਹ ਸਾਹਿਬ ਤੋਂ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਇਹ ਗੁਰੂ ਗੋਬਿੰਦ ਸਿੰਘ ਮਾਰਗ ਹੈ। ਇਹ ਪਹਿਲਾਂ ਕੱਚੇ ਹੁੰਦੇ ਸੀਗੇ ਜਗ੍ਹਾ, ਜਿਵੇਂ ਰਾਹ ਰੂਹ ਵਗੈਰਾ ਸਾਰਾ, ਅਤੇ ਹੁਣ ਫਿਰ 1973 'ਚ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਉਹਨਾਂ ਨੇ ਇਹ ਪੱਕਾ ਕਰਵਾਇਆ ਸੀਗਾ, ਅਤੇ ਗੁਰੂ ਗੋਬਿੰਦ ਸਿੰਘ ਮਾਰਗ ਇਹਨੂੰ ਟੋਟਲ ਨੂੰ ਕਹਿੰਦੇ ਆ, ਇਹ 'ਚ 90 ਸਥਾਨ ਹੈਗੇ ਆ, ਅਤੇ ਮੈਂ 9 ਦਿਨਾਂ 'ਚ ਅੱਜ ਹੀ ਜਿਵੇਂ ਸੰਪੂਰਨ ਮੈਂ ਜਿਹੜਾ ਯਾਤਰਾ ਕੀਤੀ ਹੈ ਦਮਦਮਾ ਸਾਹਿਬ ਆ ਕੇ, ਅਤੇ ਆਪਾਂ ਦਮਦਮਾ ਸਾਹਿਬ ਅਤੇ ਬਠਿੰਡੇ ਵਿਚਾਲੇ ਹੀ ਖੜ੍ਹੇ ਹਾਂ, ਤਾਂ ਇਹ 9 ਦਿਨਾਂ 'ਚ ਹੋਈ ਆ 90 ਸਥਾਨ ਜਿਹੜੇ ਆਏ ਸੀਗੇ। 90 ਸਥਾਨ ਆਏ ਸੀ, ਤੁਸੀਂ ਕੀ ਕਹਿ ਰਹੇ ਹੋ ਉਹ 90 ਸਥਾਨ ਜਿਹੜੇ ਹੈਗੇ ਆ ਸਾਰੇ ਗੁਰਦੁਆਰਾ ਸਾਹਿਬ ਹੈਗੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਗੁਰਦੁਆਰਾ ਸਾਹਿਬ ਨੇ? ਹਾਂ ਬਿਲਕੁਲ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹੈ, ਮੁਗਲ ਅਤੇ ਜਿਹੜੇ ਦੂਸਰੇ ਪਹਾੜੀ ਰਾਜੇ ਝੂਠੀਆਂ ਸਹੁੰਆਂ ਖਾ ਜਾਂਦੇ ਹੈ, ਤਾਂ ਗੁਰੂ ਸਾਹਿਬ ਜੋ ਕਿਲਾ ਛੱਡਦੇ ਉਹ ਵੱਖ ਵੱਖ ਸਥਾਨਾਂ 'ਤੇ ਹੁੰਦੇ ਆਉਂਦੇ ਹੋਏ ਸਾਡਾ ਦਮਦਮਾ ਸਾਹਿਬ ਪਹੁੰਚਦਾ, ਜਿਹਦੇ ਵਿੱਚ ਜਿਵੇਂ ਮਾਸੀਵਾੜਾ ਸਾਹਿਬ ਵੀ ਹੈ, ਚਮਕੌਰ ਸਾਹਿਬ ਵੀ, ਆਲਮਗੀਰ ਹੈ, ਟਾਹਲੀਆਣਾ ਗੁਰਦੁਆਰਾ ਸਾਹਿਬ ਹੈ, ਦੀਨਾ ਸਾਹਿਬ ਹੈ ਜਿੱਥੇ ਜ਼ਫਰਨਾਮਾ ਸਾਹਿਬ ਲਿਖਿਆ ਜਾਂਦਾ ਹੈ, ਮੁਕਤਸਰ ਸਾਹਿਬ ਹੈ, ਅਤੇ ਥੇੜੀ ਸਾਹਿਬ ਹੈ, ਇਹ ਸਾਰੇ ਬਾਜਕ ਕਾਲ ਚੜ੍ਹਾਣੀ, ਫਿਰ ਦਮਦਮਾ ਸਾਹਿਬ ਉਹ ਪਹੁੰਚਦੇ ਆ, ਇੱਥੇ ਕਾਫੀ ਸਮਾਂ ਰਹਿੰਦੇ ਆ। ਅੱਛਾ, ਜਿਸ ਤਰ੍ਹਾਂ ਮੌਸਮ ਖਰਾਬ ਹੈਗਾ, ਸਾਵਣ ਦਾ ਮਹੀਨਾ ਲੱਗਿਆ ਹੋਇਆ ਹੈਗਾ, ਬਰਸਾਤਾਂ ਸ਼ੁਰੂ ਹੋ ਚੁੱਕੀਆਂ, ਤੁਸੀਂ 9 ਦਿਨ ਦੀ ਯਾਤਰਾ ਕੀਤੀ ਹੈ ਅਤੇ 90 ਦੇ ਕਰੀਬ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਨਤਮਸਤਕ ਹੋਏ ਹੈਗੇ ਹੋ, ਕੀ ਤੁਹਾਨੂੰ ਬਰਸਾਤ ਦੇ ਵਿੱਚ ਜਿਹੜੇ ਆਈਆਂ ਕਠਿਨਾਈਆਂ ਵੀ ਆਈ ਹੋਣਗੀਆਂ, ਸਾਵਣ ਵੀ ਕਰਨਾ ਪਿਆਊਗਾ, ਉਹਦੇ ਬਾਰੇ ਵੀ ਦੱਸੋ। ਹਾਂ, ਫਿਰ ਇਹ ਹੁੰਦਾ ਵੀ ਜੋ ਤੁਹਾਡਾ ਇਰਾਦਾ ਜਿਹੜਾ ਦ੍ਰਿੜ ਹੁੰਦਾ ਬਾਈ, ਤਾਂ ਫਿਰ ਤੁਸੀਂ ਜਿਹੜੀ ਵੱਡੀ ਤੋਂ ਵੱਡੀ ਮੰਜ਼ਿਲ ਤੈਅ ਕਰ ਲਓ, ਇਹਦਾ ਕੁਛ ਨਹੀਂ, ਲੋਕ ਮਾਊਂਟ ਐਵਰੈਸਟ 'ਤੇ ਚੜ੍ਹ ਜਾਂਦੇ ਆ, ਕਿੰਨੀ ਲੋਕ ਸਾਈਕਲਿੰਗ ਕਰਦੇ ਆ। ਮੈਂ ਮੋਟਰਸਾਈਕਲ 2 ਸਾਥੀਆਂ ਨੇ ਅਸੀਂ ਪ੍ਰੋਗਰਾਮ ਬਣਾਇਆ ਸੀ, ਪਰ ਉਹ ਕੋਈ ਬਿਜ਼ੀ ਹੋ ਗਿਆ ਕਿਸੇ ਕੰਮ ਕਰਕੇ, ਫਿਰ ਮੈਂ ਇਕੱਲੇ ਹੀ ਗੁਰਦੁਆਰਾ ਹਜਰਤ ਸਾਹਿਬ ਅਰਦਾਸ ਕਰਕੇ ਸਿੱਧਾ ਅਨੰਦਪੁਰ ਸਾਹਿਬ ਗਿਆ, ਤਾਂ ਉੱਥੋਂ ਮੈਂ ਜਿਹੜੀ ਆਪਦੀ ਯਾਤਰਾ ਸ਼ੁਰੂ ਕੀਤੀ ਹੈ। ਮੇਰੇ ਮਨ 'ਚ ਇਹ ਖਿਆਲ ਆਇਆ ਵੀ ਜਿਵੇਂ ਇਤਿਹਾਸ ਤੋਂ ਬੰਦਾ ਬਹੁਤ ਕੁਛ ਸਿੱਖਦਾ ਹੈ, ਇਤਿਹਾਸ ਨਾਲ ਬੰਦੇ ਦੀ ਜਿਹੜੀ ਦ੍ਰਿੜਤਾ ਆਉਂਦੀ ਹੈ, ਉਹਦਾ ਵਿਸ਼ਵਾਸ ਵੱਧਦਾ ਹੈ, ਤਾਂ ਉਹ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸੁਣਦੇ ਹਾਂ, ਫਿਰ ਜਿਵੇਂ ਆਪਾਂ ਨੂੰ ਆਪਾਂ ਸੁਣਦੇ ਹਾਂ ਵੀ ਗੁਰੂ ਸਾਹਿਬਾਨ ਵੇਲੇ ਆਹ ਕਠਿਨਾਈਆਂ ਆਈਆਂ, ਤਾਂ ਬੰਦਾ ਸੋਚਦਾ ਵੀ ਆਪਣੇ ਅੱਗੇ ਤਾਂ ਕੁਛ ਵੀ ਸਮੱਸਿਆਵਾਂ ਜਾਂ ਪ੍ਰੋਬਲਮ ਨਹੀਂ ਹੈਗੀਆਂ, ਤਾਂ ਇਤਿਹਾਸ ਤੋਂ ਬੰਦਾ ਦ੍ਰਿੜ ਹੁੰਦਾ ਹੈ। ਗੁਰਬਾਣੀ ਅਤੇ ਇਤਿਹਾਸ ਬਹੁਤ ਜ਼ਰੂਰੀ ਹੈ, ਦੋਨੇ ਚੀਜ਼ਾਂ ਜਿਹੜੀਆਂ ਹੈਗੀਆਂ ਬੰਦੇ ਦੇ ਜੀਵਨ 'ਚ, ਅਤੇ ਫਿਰ ਮੇਰੇ ਮਨ 'ਚ ਇਹ ਸੀ ਵੀ ਆਪਾਂ ਨੂੰ ਜਾਣਨਾ ਚਾਹੀਦਾ ਵੀ
ਅਨੰਦਪੁਰ ਸਾਹਿਬ ਤੋਂ ਲੈ ਕੇ ਕਿਹੜੇ ਕਿਹੜੇ ਸਥਾਨ ਆ ਬਹੁਤ, ਜਿਵੇਂ ਆਪਾਂ 90 'ਚ ਆਪਾਂ ਗੱਲ ਕਰਦੇ ਹਾਂ ਆਪਾਂ ਮੋਟਾ ਮੋਟਾ ਜਿਹੜੇ ਹੈਗੇ ਅਨੰਦਪੁਰ ਸਾਹਿਬ ਜਾਂਦੇ ਹਾਂ, ਕੀਰਤਪੁਰ ਸਾਹਿਬ ਜਾਂਦੇ ਹਾਂ, ਪਰਿਵਾਰ ਵਿਛੋੜਾ ਜਾਂ ਵੱਧ ਤੋਂ ਵੱਧ ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ, ਮੁਕਤਸਰ ਸਾਹਿਬ, ਦਮਦਮਾ ਸਾਹਿਬ, ਇਹ 90 'ਚੋਂ 10 ਕੁ ਜਿਹੜੇ ਹੈਗੇ ਆ ਆਪਾਂ ਜਾਂਦੇ ਹਾਂ। ਬਾਕੀ ਜਿਹੜੇ 80 ਆ ਉਹਨਾਂ ਬਾਰੇ ਪਤਾ ਨਹੀਂ ਮੈਨੂੰ ਵੀ, ਕਈ ਸਥਾਨਾਂ ਦਾ ਜਿਹੜਾ ਜਾ ਕੇ ਕਾਫੀ ਲੋਕਾਂ ਤੋਂ ਪੁੱਛ ਕੇ ਵੀ ਇੱਥੇ ਗੁਰੂ ਸਾਹਿਬ ਆਏ ਸੀ ਤਾਂ ਉਹ, ਜਿਵੇਂ ਕਮੀਆਂ ਵੀ ਹੈਗੀਆਂ ਵੀ ਗੁਰੂ ਗੋਬਿੰਦ ਸਿੰਘ ਮਾਰਗ 'ਚ ਜਿਹੜੀਆਂ ਕਮੀਆਂ ਹੈਗੀਆਂ ਸਰਕਾਰ ਦੀਆਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਹ ਕਮੀਆਂ ਹੈਗੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੀਆਂ। ਹਾਂ, ਕੀ ਤੁਸੀਂ ਕਮੀਆਂ ਵੀ ਕਹਿ ਰਹੇ ਹੋ ਕਿਉਂਕਿ ਤੁਸੀਂ ਆਪ ਜਾ ਕੇ ਦੇਖਿਆ ਹੈਗਾ, ਤੁਸੀਂ ਯਾਤਰਾ ਕੀਤੀ ਹੈਗੀ ਮੋਟਰਸਾਈਕਲ, ਕਮੀਆਂ ਤੁਹਾਨੂੰ ਕੀ ਦਿਖਾਈ ਦਿੱਤੀਆਂ? ਹਾਂ, ਜਿੱਥੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਮੇਰੇ ਮਨ 'ਚ ਆਤਮ ਵਿਸ਼ਵਾਸ ਭਰਿਆ ਵੀ ਮੈਂ ਇੰਨੀ ਯਾਤਰਾ ਕਰਕੇ ਮੈਨੂੰ ਕੋਈ ਸਮੱਸਿਆਵਾਂ ਨਹੀਂ ਆ, ਗਰਮੀ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਮੈਂ ਸਮਝਦਾ ਜੀ ਮੈਂ ਕੁਛ ਸਿੱਖਣ ਆਇਆ, ਮੈਂ ਕੁਛ ਉਹ ਕਰਨ ਆਇਆ। ਕਮੀਆਂ ਇਹ ਹੈ ਬਾਈ ਜੀ ਵੀ ਜਿਵੇਂ ਅਨੰਦਪੁਰ ਸਾਹਿਬ ਚੱਲਦੇ ਹਾਂ, ਦਮਦਮਾ ਸਾਹਿਬ ਤੱਕ ਜਿੰਨੇ ਵੀ ਮੀਲ ਪੱਥਰ ਹੈਗੇ ਆ ਵੀ ਗੁਰੂ ਗੋਬਿੰਦ ਸਿੰਘ ਮਾਰਗ, ਉਹ ਸਾਰੇ ਢਹੇ ਹੋਏ ਆ। ਉਹਦੇ ਵਾਸਤੇ ਜਿਵੇਂ ਸਰਕਾਰ ਨੇ ਇਹ ਬਣਾਇਆ ਸੀ ਮਾਰਗ, ਸਰਕਾਰ ਦੀ ਵੀ ਜ਼ਿੰਮੇਵਾਰੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਜ਼ਿੰਮੇਵਾਰੀ ਹੈ, ਕਿਉਂਕਿ ਇਹ ਗੁਰੂ ਪੀਰਾਂ ਦੀ ਜਿਹੜੀ ਧਰਤੀ ਹੈ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਠੀਕ ਹੈ। ਪ੍ਰੋਫੈਸਰ ਪੂਰਨ ਸਿੰਘ ਵੀ ਕਹਿੰਦੇ ਆ ਵੀ ਜੋ ਗੁਰੂਆਂ ਦੀ ਧਰਤੀ ਆ, ਸਾਰੇ ਲੀਡਰ ਆ, ਸਾਰੀਆਂ ਪਾਰਟੀਆਂ, ਅਕਾਲੀ ਦਲ, ਕਾਂਗਰਸੀ, ਝਾੜੂ ਵਾਲੇ ਹੁਣ ਹੈਗੇ ਆ, ਸਭ ਗੁਰੂਆਂ ਦੇ ਨਾਂ ਕਹਿੰਦੇ ਵੀ ਅਸੀਂ ਨਤਮਸਤਕ ਹੋਏ ਆਹ ਕੀਤਾ, ਤਾਂ ਐਡਾ ਅਹਿਮ ਜਿਹੜਾ ਮਾਰਗ ਹੈ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਵਰਗਾ ਦਰਵੇਸ਼ ਮਹਾਨ ਗੁਰੂ ਦੁਨੀਆਂ 'ਚ ਕੋਈ ਨਹੀਂ ਹੋਇਆ, ਤਾਂ ਉਹ ਜਿਹੜਾ ਮਾਰਗ ਉਹਨਾਂ ਯਾਦ ਨੂੰ ਆਪਣੇ ਚੇਤਿਆਂ 'ਚ, ਆਪਣੇ ਚੇਤਿਆਂ 'ਚ ਆਉਂਦੀ ਆ ਕੋਈ ਚੀਜ਼, ਇਤਿਹਾਸ ਆਉਂਦਾ ਵੀ ਗੁਰੂ ਸਾਹਿਬ ਕੀ ਕਰਕੇ ਗਏ ਇੱਥੇ, ਕੌਤਕ ਕਿੰਨਾ ਉਹਨਾਂ ਨੇ ਸੰਘਰਸ਼ ਕੀਤਾ, ਕਿੰਨਾ ਕੁਛ ਕੀਤਾ, ਤਾਂ ਜਿਹੜਾ ਉਹ ਮਾਰਗ ਹੈ ਉਹਦੇ 'ਤੇ ਤੁਸੀਂ ਊਨਤਾਈਆਂ ਕਿਉਂ ਛੱਡਦੇ ਹੋ? ਤੁਹਾਨੂੰ ਪਤਾ ਨਹੀਂ ਲੱਗਦਾ, ਮੰਨ ਲਓ ਤੁਸੀਂ ਅਨੰਦਪੁਰ ਸਾਹਿਬ ਚੱਲੇ, ਕੀਰਤਪੁਰ ਸਾਹਿਬ ਆਏ, ਉੱਥੇ ਤੁਸੀਂ ਇੱਕ ਘਨੌਲਾ ਪਿੰਡ ਆ, 5ਵਾਂ ਸਥਾਨ ਜਿੱਥੇ ਗੁਰੂ ਸਾਹਿਬ ਗਏ, ਉਹਦਾ ਪਤਾ ਨਹੀਂ ਲੱਗਦਾ। ਮੇਨ ਸੜਕ ਜਿਹੜੀ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਵਾਲੀ ਹੈ, ਉੱਥੇ ਲਿਖਿਆ ਹੋਣਾ ਚਾਹੀਦਾ, ਮੈਂ 2-3 ਕਿਲੋਮੀਟਰ ਪਿੱਛੇ ਹਟਵਾਂ ਪਿੰਡ ਸੀ, ਮਸਾਂ ਭਾਲ ਲਿਆ ਗੁਰਦੁਆਰਾ ਸਾਹਿਬ, ਉੱਥੇ ਲਿਖਿਆ ਹੋਣਾ ਚਾਹੀਦਾ ਵੀ ਭਾਈ ਇਹ ਗੁਰੂ, ਹਾਂ, ਮਾਰਗ ਹੈ, ਇੱਥੋਂ ਗੁਰੂ ਸਾਹਿਬ ਦਾ ਇਹ ਸਥਾਨ ਹੈ, ਇੱਧਰ ਨੂੰ 1 ਕਿਲੋਮੀਟਰ ਦੂਰੀ ਹੈ, ਇਹ ਬਹੁਤ ਜ਼ਿਆਦਾ ਵੱਡੀ ਨਲਾਇਕੀ ਹੈਗੀ ਹੈ। ਉਹਦੇ ਵਾਸਤੇ ਜਿਹੜੀ ਸਰਕਾਰ ਨੇ ਜਿਹੜੀ ਕੋਈ ਧਿਆਨ ਦਿੱਤੀ, ਅਤੇ ਦੂਸਰਾ ਇਹ ਹੈਗਾ ਵੀ ਜਿਹੜੇ ਸ਼ਰਾਬ ਦੇ ਠੇਕੇ ਆ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਨਹੀਂ ਹੋਣੇ ਚਾਹੀਦੇ, ਠੀਕ ਹੈ, ਇਹ ਪਾਸੇ ਪਾਸੇ ਹੋਣੇ ਚਾਹੀਦੇ ਆ। ਉੱਥੇ ਆਪਾਂ ਯਾਤਰਾ ਕਰ ਰਹੇ ਹਾਂ ਤਾਂ ਫਿਰ ਉੱਥੇ ਆਪਣੇ ਮਨ 'ਚ ਖਿਆਲ ਆਉਂਦਾ ਹੈ ਨਾ, ਉੱਥੇ ਅਹਾਤੇ ਬਣੇ ਹੋਏ ਆ, ਤਾਂ ਉਹ ਜਿਹੜੀ ਹੈਗੀ ਆ ਬੰਦਾ ਸੋਚ ਕੇ ਕੀ ਜਾਂਦਾ ਇਤਿਹਾਸ ਬਾਰੇ, ਅਤੇ ਉਹ ਠੇਕੇ ਤਾਂ ਆਸੇ ਪਾਸੇ ਵੀ ਚਲਾਏ ਜਾ ਸਕਦੇ, ਜਿਹਨੇ ਪੀਣੀ ਉਹ ਜਾ ਸਕਦਾ ਆਰਾਮ ਦੇ ਨਾਲ ਭਾਲ ਲੈਂਦੇ ਪੀਣ ਵਾਲੇ, ਤਾਂ ਉਹ ਪਾਸੇ ਹੋਣੇ ਚਾਹੀਦੇ ਆ ਜਿਹੜੇ ਮਤਲਬ ਇਹ ਊਨਤਾਈਆਂ। ਬਾਕੀ ਇਤਿਹਾਸ ਹੈ ਜਿਵੇਂ ਗੁਰਦੁਆਰੇ ਜਿਵੇਂ ਹੈਗੇ ਆ 70 ਤੋਂ 80, ਉਹਨਾਂ 'ਚ ਇਤਿਹਾਸ ਹੈ ਨਹੀਂ, ਪੈਂਫਲਟ ਹੋਣਾ ਚਾਹੀਦਾ ਲਿਖਤੀ, ਉਹਦਾ ਕੋਈ ਕਿਤਾਬ ਛੋਟੀ ਜਾਂ ਪੈਂਫਲਟ ਹੋਵੇ 2-3 ਪੇਜਾਂ ਦਾ। IGPC ਨੂੰ ਤੁਸੀਂ ਇਹਦੇ ਬਾਰੇ ਲਿਖੋਗੇ ਜਾਂ ਤੁਸੀਂ IGPC ਨੂੰ ਮਿਲੋਗੇ, ਤੁਸੀਂ ਇੱਕ ਯਾਤਰਾ ਕਰਕੇ ਆਏ ਹੋ, ਤੁਹਾਨੂੰ ਖਾਮੀਆਂ ਬਹੁਤ ਨਜ਼ਰ ਆਈ ਹੈਗੀਆਂ, IGPC ਨੂੰ ਦੱਸੋਗੇ ਇਸ ਬਾਰੇ? ਹਾਂ, ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਪੱਤਰ ਲਿਖੂੰਗਾ, ਅਤੇ IGPC ਆਪਣੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਹੈਗੇ, ਉਹਨਾਂ ਨੂੰ ਵੀ ਲਿਖਤੀ ਜਾਣੂ ਕਰਾਊਂਗਾ ਵੀ ਜਿਹੜੀਆਂ ਇਹ ਊਨਤਾਈਆਂ ਕਮੀਆਂ ਹੈਗੀਆਂ ਦੂਰ ਕਰਨਾ ਚਾਹੀਦਾ, ਬੜਾ ਅਹਿਮ ਮਾਰਗ ਹੈ, ਇਹ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ ਕਿ ਲੋਕਲ ਪਿੰਡ ਨੂੰ ਸੜਕ ਜਾਂਦੀ ਹੈ, ਤਾਂ ਵੀ ਇਹ 'ਚ ਉਹ ਚੀਜ਼ਾਂ ਹੈਗੀਆਂ ਵੀ ਇਹ 'ਚ ਜਿਹੜੀਆਂ ਊਨਤਾਈਆਂ, ਇਹਦੇ ਬਾਰੇ ਆਪਾਂ ਨੂੰ ਜਿਹੜਾ ਹੈਗਾ ਸਰਕਾਰ ਨੂੰ ਚਾਹੀਦਾ, ਅਤੇ IGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਤੁਸੀਂ ਵੀ ਇੱਕ ਨੌਜਵਾਨ ਹੈਗੇ ਹੋ, ਤੁਸੀਂ ਇੱਕ ਯਾਤਰਾ ਕੀਤੀ ਹੈ, ਅਹਿਮ ਯਾਤਰਾ ਕੀਤੀ ਹੈ, 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਗ ਜਿਹੜੇ ਹੈਗੇ ਨੇ ਗੁਰਦੁਆਰਾ ਸਾਹਿਬ ਤੁਸੀਂ ਗਏ ਹੋ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸੰਦੇਸ਼ ਇਹੀ ਹੈ ਵੀ ਗੁਰਬਾਣੀ ਦੇ ਨਾਲ ਇਤਿਹਾਸ ਵੀ ਪੜ੍ਹਨਾ ਚਾਹੀਦਾ ਸਾਨੂੰ, ਜਿਵੇਂ ਹੁਣ ਸਮੱਸਿਆਵਾਂ ਦੀਆਂ ਅਲਾਮਤਾਂ ਜਾਂ ਹੋਰ ਸਮਾਜਿਕ ਬੁਰਾਈਆਂ ਜਾਂ ਬੰਦਾ ਹੋਰ ਗਲਤ ਪਾਸੇ ਪੈ ਜਾਂਦਾ ਹੈ ਨਾ, ਬੁਰੀਆਂ ਆਦਤਾਂ ਲੱਗ ਜਾਂਦੀਆਂ, ਉਹ ਜਿਹੜਾ ਹੈਗਾ ਉਹਦੇ ਵਾਸਤੇ, ਉਹਨੂੰ ਛੱਡਣ ਵਾਸਤੇ, ਸਾਰੀਆਂ ਬੁਰੀਆਂ ਆਦਤਾਂ ਵਾਸਤੇ ਸਾਨੂੰ ਇਤਿਹਾਸ ਨਾਲ ਜੁੜਨਾ ਚਾਹੀਦਾ, ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦਾ। ਗੁਰਬਾਣੀ ਦਾ ਇਹ ਕੋਈ ਇਹ ਸੰਬੰਧ ਨਹੀਂ ਵੀ ਸਿੱਖਾਂ ਨਾਲ, ਹਿੰਦੂਆਂ ਨਾਲ, ਮੁਸਲਿਮ, ਇੱਦਾਂ ਕੁਛ ਨਹੀਂ ਹੁੰਦਾ, ਗੁਰਬਾਣੀ ਸਾਰਿਆਂ ਦੀ ਸਾਂਝੀ ਹੈ, ਇਤਿਹਾਸ ਵੀ ਸਾਂਝਾ ਹੁੰਦਾ ਸਾਰੀਆਂ ਕੌਮਾਂ ਦਾ, ਜਦੋਂ ਆਪਾਂ ਪੰਜਾਬ 'ਚ ਰਹਿ ਰਹੇ ਹਾਂ
ਤਾਂ ਉਹ ਸਾਰਿਆਂ ਨੂੰ ਆਪਾਂ ਨੂੰ ਜਦੋਂ ਇਤਿਹਾਸ ਪੜ੍ਹੋਂਗੇ ਤੁਹਾਡਾ ਮਨ ਦ੍ਰਿੜ ਹੋਊਗਾ ਵੀ ਦਸਵੇਂ ਪਾਤਸ਼ਾਹ ਜੀ 42 ਸਾਲ ਦੀ ਉਮਰ 'ਚ ਉਹਨਾਂ ਨੇ ਕਿੰਨੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ, ਕਿੰਨਾ ਕੁਛ ਕਰਿਆ, ਕਿਵੇਂ ਕਿਵੇਂ ਉਹ ਥਾਂ ਥਾਂ 'ਤੇ ਜਾ ਕੇ ਲੋਕਾਂ ਦੇ ਵਿੱਚ ਐਨਰਜੀ ਭਰਦੇ ਰਹੇ। ਉਹ ਸਾਰੀਆਂ ਚੀਜ਼ਾਂ ਤੁਸੀਂ ਜਦੋਂ ਪੜ੍ਹੋਂਗੇ ਫਿਰ ਜਿਹੜੀਆਂ ਆਪਣੇ 'ਤੇ ਲੱਗਦੇ ਆ ਨਾ ਨਸ਼ਿਆਂ ਵਾਲੇ ਟੈਗ ਆਪਣੇ ਲੀਡਰ ਲਾਉਂਦੇ ਆ ਪੰਜਾਬ 'ਤੇ ਬਾਹਰੋਂ ਆ ਕੇ ਦਿੱਲੀਓਂ ਜਾਂ ਹੋਰ ਆਸੇ ਪਾਸਿਓਂ, ਤਾਂ ਫਿਰ ਉਹ ਕਹਿੰਦੇ ਵੀ ਇਹ ਨਸ਼ੇੜੀ ਹੈ ਪੰਜਾਬ ਦੇ ਨੌਜਵਾਨ, ਫਿਰ ਉਹ ਨਹੀਂ ਹੋਣਾ। ਫਿਰ ਜਿਹੜੀਆਂ ਹੋਰ ਆਪਣੇ 'ਤੇ ਲਾਹਮਤਾਂ ਆ ਗਈਆਂ, ਬੁਰਾਈਆਂ ਆ ਗਈਆਂ, ਉਹ ਆਪਣੇ 'ਚ ਸਾਰੀਆਂ ਮਿਟ ਜਾਣਗੀਆਂ। ਚਾਹੁੰਦੇ ਹੋ ਸੰਦੇਸ਼ ਇਹੀ ਹੈ ਵੀ ਗੁਰਬਾਣੀ ਦੇ ਨਾਲ ਇਤਿਹਾਸ ਵੀ ਪੜ੍ਹਨਾ ਚਾਹੀਦਾ ਸਾਨੂੰ, ਜਿਵੇਂ ਹੁਣ ਸਮੱਸਿਆਵਾਂ ਦੀਆਂ ਲਾਹਮਤਾਂ ਜਾਂ ਹੋਰ ਸਮਾਜਿਕ ਬੁਰਾਈਆਂ ਜਾਂ ਬੰਦਾ ਹੋਰ ਗਲਤ ਪਾਸੇ ਪੈ ਜਾਂਦਾ ਹੈ ਨਾ, ਬੁਰੀਆਂ ਆਦਤਾਂ ਲੱਗ ਜਾਂਦੀਆਂ, ਉਹ ਜਿਹੜਾ ਹੈਗਾ ਉਹਦੇ ਵਾਸਤੇ ਉਹਨੂੰ ਛੱਡਣ ਵਾਸਤੇ ਸਾਰੀਆਂ ਬੁਰੀਆਂ ਆਦਤਾਂ ਵਾਸਤੇ ਸਾਨੂੰ ਇਤਿਹਾਸ ਨਾਲ ਜੁੜਨਾ ਚਾਹੀਦਾ, ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦਾ। ਗੁਰਬਾਣੀ ਦਾ ਇਹ ਕੋਈ ਇਹ ਸੰਬੰਧ ਨਹੀਂ ਵੀ ਸਿੱਖਾਂ ਨਾਲ, ਹਿੰਦੂਆਂ ਨਾਲ, ਮੁਸਲਿਮ, ਇੱਦਾਂ ਕੁਛ ਨਹੀਂ ਹੁੰਦਾ। ਗੁਰਬਾਣੀ ਸਾਰਿਆਂ ਦੀ ਸਾਂਝੀ ਹੈ, ਇਤਿਹਾਸ ਵੀ ਸਾਂਝਾ ਹੁੰਦਾ ਸਾਰੀਆਂ ਕੌਮਾਂ ਦਾ। ਜਦੋਂ ਆਪਾਂ ਪੰਜਾਬ 'ਚ ਰਹਿ ਰਹੇ ਹਾਂ ਤਾਂ ਉਹ ਸਾਰਿਆਂ ਨੂੰ ਆਪਾਂ ਨੂੰ ਜਦੋਂ ਇਤਿਹਾਸ ਪੜ੍ਹੋਂਗੇ ਤੁਹਾਡਾ ਮਨ ਦ੍ਰਿੜ ਹੋਊਗਾ ਵੀ ਦਸਵੇਂ ਪਾਤਸ਼ਾਹ ਜੀ 42 ਸਾਲ ਦੀ ਉਮਰ 'ਚ ਉਹਨਾਂ ਨੇ ਕਿੰਨੀਆਂ ਜਿਹੀਆਂ ਕੁਰਬਾਨੀਆਂ ਕੀਤੀਆਂ, ਕਿੰਨਾ ਕੁਛ ਕਰਿਆ, ਕਿਵੇਂ ਕਿਵੇਂ ਉਹ ਥਾਂ ਥਾਂ 'ਤੇ ਜਾ ਕੇ ਲੋਕਾਂ ਦੇ ਵਿੱਚ ਐਨਰਜੀ ਭਰਦੇ ਰਹੇ। ਉਹ ਸਾਰੀਆਂ ਚੀਜ਼ਾਂ ਤੁਸੀਂ ਜਦੋਂ ਪੜ੍ਹੋਂਗੇ ਫਿਰ ਜਿਹੜੀਆਂ ਆਪਣੇ 'ਤੇ ਲੱਗਦੇ ਆ ਨਾ ਨਸ਼ਿਆਂ ਵਾਲੇ ਟੈਗ ਆਪਣੇ ਲੀਡਰ ਲਾਉਂਦੇ ਆ ਪੰਜਾਬ 'ਤੇ ਬਾਹਰੋਂ ਆ ਕੇ ਦਿੱਲੀਓਂ ਜਾਂ ਹੋਰ ਆਸੇ ਪਾਸਿਓਂ, ਤਾਂ ਫਿਰ ਉਹ ਕਹਿੰਦੇ ਵੀ ਇਹ ਨਸ਼ੇੜੀ ਹੈ ਪੰਜਾਬ ਦੇ ਨੌਜਵਾਨ, ਫਿਰ ਉਹ ਨਹੀਂ ਹੋਣਾ। ਫਿਰ ਜਿਹੜੀਆਂ ਹੋਰ ਆਪਣੇ 'ਤੇ ਲਾਹਮਤਾਂ ਆ ਗਈਆਂ, ਬੁਰਾਈਆਂ ਆ ਗਈਆਂ, ਉਹ ਆਪਣੇ 'ਚ ਸਾਰੀਆਂ ਮਿਟ ਜਾਣਗੀਆਂ ਜੇ ਤੁਸੀਂ ਗੁਰਬਾਣੀ ਅਤੇ ਇਤਿਹਾਸ ਨਾਲ ਜੁੜੋਗੇ। ਫਿਰ ਤੁਹਾਡੇ 'ਤੇ ਕੋਈ ਟੈਗ ਨਹੀਂ ਲੱਗਣਾ, ਫਿਰ ਸਾਰਾ ਆਪਣਾ ਸਮਾਜ ਜਿਹੜਾ ਹੌਲੀ ਹੌਲੀ, ਜਿਹਦੇ ਹੁਣ ਬਹੁਤ ਤਰ੍ਹਾਂ ਦੀਆਂ ਆਪਣੇ ਦੋਸ਼ ਲੱਗਦੇ ਵੀ ਐਂ ਹੁੰਦੇ ਆ ਨੌਜਵਾਨ ਜਾਂ ਆ, ਤਾਂ ਉਹ ਜੇ ਤੁਸੀਂ ਇਤਿਹਾਸ ਅਤੇ ਗੁਰਬਾਣੀ ਨਾਲ ਜੁੜੋਗੇ ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸਾਰੀਆਂ ਅਲਾਮਤਾਂ ਉਹ ਪਾਸੇ ਹੋ ਜਾਣਗੀਆਂ ਅਤੇ ਇੱਕ ਵਧੀਆ ਚੰਗੇ ਸਮਾਜ ਜਿਹੜੀ ਸੱਜਣਾ ਹੋਊਗੀ। ਅੱਛਾ, ਜੇ ਤੁਸੀਂ ਇੱਕ ਮੈਸੇਜ ਦਿੱਤਾ ਹੁਣ, ਇਹ ਲਾਸਟ ਮੇਰਾ ਕੁਐਸਚਨ ਹੈਗਾ, ਇਹ ਕਦੋਂ ਤੁਸੀਂ ਯਾਤਰਾ ਸ਼ੁਰੂ ਕੀਤੀ ਸੀ ਅਤੇ ਜੇ ਆਪਾਂ ਕਿਲੋਮੀਟਰ ਦੀ ਗੱਲ ਕਰੀਏ ਕਿੰਨੇ ਕਿਲੋਮੀਟਰ ਤੁਸੀਂ ਮੋਟਰਸਾਈਕਲ ਤੁਸੀਂ ਯਾਤਰਾ ਆਰੰਭੀ ਹੈਗੀ ਹੈ, ਪੂਰੀ ਕੀਤੀ ਹੈਗੀ ਹੈ, ਅਤੇ ਇਹ ਪੂਰੇ ਪੰਜਾਬ 'ਚ ਹੋਈ ਹੈ ਕਿ ਦੂਜੇ ਸੂਬੇ 'ਚ ਜਾ ਕੇ ਆਏ ਹੋ? ਨਹੀਂ, ਇਹ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਤੱਕ, ਦਮਦਮਾ ਸਾਹਿਬ ਤੱਕ ਹੈ ਇਹ 577 ਕਿਲੋਮੀਟਰ ਹੈ। ਅਤੇ ਬਾਕੀ ਇਹ ਹੁੰਦਾ ਕਿ ਵੀ ਪਤਾ ਨਹੀਂ ਲੱਗਦਾ ਆਪਾਂ ਨੂੰ ਵੀ ਜਦੋਂ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਗੁਰਦੁਆਰਾ ਸਾਹਿਬ ਕਿੱਧਰ ਹੈ, ਭਾਲਣਾ ਪੈਂਦਾ, ਉਹਦੇ ਬਾਅਦ ਵੱਧ ਵੀ ਜਾਂਦੇ ਕਿਲੋਮੀਟਰ, ਪਰ ਜਿਹੜਾ ਮਾਰਗ ਹੈ ਟੋਟਲ ਇਹ 577 ਕਿਲੋਮੀਟਰ ਹੈਗਾ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ। ਅਤੇ ਬਾਕੀ 90 ਸਥਾਨ ਹੈ, 9 ਦਿਨਾਂ 'ਚ ਮੈਂ ਪੂਰੀ ਕੀਤੀ ਸੀ, ਅੱਜ ਹੀ ਸਮਾਪਤੀ ਕਰੀਏ, ਹੁਣ ਤੁਸੀਂ 9 ਦਿਨ ਲਾ ਲਓ, ਅੱਜ ਜਿਹੜੀ ਹੈਗੀ ਹੈ 30 ਤਰੀਕ 'ਚ ਆਪਾਂ ਖੜ੍ਹੇ ਹਾਂ। ਤਾਂ ਆਪਾਂ 9 ਦਿਨ ਪਹਿਲਾਂ ਮੈਂ ਇਹ ਯਾਤਰਾ ਸ਼ੁਰੂ ਕੀਤੀ ਸੀ ਅਤੇ ਬੜਾ ਵਧੀਆ ਰਿਹਾ। ਅਤੇ ਆਪਾਂ ਨੂੰ ਯਾਤਰਾ ਕਰਨੀ ਚਾਹੀਦੀ, ਇਹ 'ਚ ਬਹੁਤ ਚੀਜ਼ਾਂ ਸਿੱਖਦੀਆਂ, ਨਵੇਂ ਬੰਦਿਆਂ ਨੂੰ ਮਿਲਦੇ ਹਾਂ ਆਪਾਂ ਤਾਂ ਗੱਲਬਾਤ ਹੁੰਦੀ ਹੈ, ਤਾਂ ਉਹ ਆਪਾਂ ਚੀਜ਼ਾਂ ਨਵੀਆਂ ਸਿੱਖਦੇ, ਨਵੇਂ ਨਵੇਂ ਬੰਦਿਆਂ ਨੂੰ ਵੱਖ ਵੱਖ ਜ਼ਿਲ੍ਹੇ ਆ ਗਏ, ਜਿਵੇਂ ਅਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਆ ਗਿਆ, ਰੋਪੜ ਆਇਆ ਸੀ, ਲੁਧਿਆਣਾ ਆਇਆ ਸੀ, ਫਰੀਦਕੋਟ ਦਾ ਹਿੱਸਾ ਆਉਂਦਾ, ਬਠਿੰਡੇ ਦਾ ਆਉਂਦਾ, ਇਹ ਕਾਫੀ ਜ਼ਿਲ੍ਹੇ ਆਉਂਦੇ, 7-8 ਜ਼ਿਲ੍ਹਿਆਂ ਦਾ ਜਿਹੜਾ ਸਥਾਨ 7-8 ਜ਼ਿਲ੍ਹਿਆਂ 'ਚ ਆ ਜਾਂਦੇ ਆ, ਅਤੇ ਤੁਹਾਨੂੰ ਸਾਰੀਆਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ, ਇਤਿਹਾਸ ਤੋਂ ਜਾਣੂ ਹੁੰਦੇ ਨੂੰ, ਤਾਂ ਇਹ ਜਿਹੜੀਆਂ ਯਾਤਰਾਵਾਂ ਆਪਾਂ ਨੂੰ ਜਿੰਨਾ ਕੁ ਆਪਣੇ ਕੋਲ ਸਮਾਂ ਹੁੰਦਾ ਉਹ ਕਰਨਾ ਚਾਹੀਦਾ। ਪਿੰਡਾਂ ਤੋਂ ਗੋਬਿੰਦ ਸਿੰਘ, ਇੰਡੀਆ ਨਿਊਜ਼, ਪੰਜਾਬ।